ਸਤਿ ਸ਼੍ਰੀ ਅਕਾਲ ਜੀ। ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜਗਤਾਰ ਸਿੰਘ ਦੀ ਹੈ ਜੋ ਲੰਬੀ ਦੇ ਪਿੰਡ ਲਾਲ ਬਾਈ ਤੋਂ ਹੈ। ਇਹ ਦਿਹਾੜੀ ਕਰਨ ਵਾਲਾ ਇੱਕ ਗਰੀਬ ਮਜ਼ਦੂਰ ਹੈ। ਤਿੰਨ ਬੱਚਿਆਂ ਦਾ ਬਾਪ ਹੈ। ਇਹਦਾ ਵੱਡਾ ਬੱਚਾ 9 ਸਾਲ ਦਾ ਹੈ, ਦੂਸਰਾ 8 ਸਾਲ ਦਾ ਹੈ, ਤੀਸਰਾ 6 ਸਾਲ ਦਾ ਹੈ। ਇਹਦੇ ਦਿਮਾਗ ਦੀ ਇੱਕ ਵਾਰ ਨਾੜੀ ਫਟ ਚੁੱਕੀ ਹੈ ਅਤੇ ਦੂਸਰੀ ਵਾਰ ਫਟਣ ਦੇ 100% ਚਾਂਸਿਸ ਨੇ। ਇਹ PGI ਦੇ ਐਮਰਜੈਂਸੀ ਵਾਰਡ ਵਿੱਚ ਪਿਆ ਹੈ ਅਤੇ ਡਾਕਟਰਸ ਨੇ ਇਹਨੂੰ ਸਰਜਰੀ ਰੈਕਮੈਂਡ ਕੀਤੀ ਹੈ ਜਲਦ ਤੋਂ ਜਲਦ। ਇਹਦੀ ਸਰਜਰੀ ਦਾ ਖਰਚਾ ਆਲਮੋਸਟ 4 ਤੋਂ 4.5 ਲੱਖ ਰੁਪਈਆ ਦੱਸਿਆ ਗਿਆ ਹੈ। ਔਰ ਜਦੋਂ ਤੱਕ ਪੈਸੇ ਜਮ੍ਹਾਂ ਨਹੀਂ ਹੁੰਦੇ ਇਹਦੀ PGI 'ਚ ਸਰਜਰੀ ਨਹੀਂ ਹੋ ਸਕਦੀ। ਇਹਨੇ ਆਪਦੀਆਂ ਬਿਲੋਂਗਿੰਗਸ, ਕੋਈ ਜ਼ਮੀਨ ਮਾੜੀ ਮੋਟੀ ਜੋ ਇਹਦੇ ਕੋਲ ਸੀ ਉਹਨੂੰ ਵੇਚ ਕੇ 70,000 ਰੁਪਈਆ ਇਕੱਠਾ ਕੀਤਾ ਹੈ। ਆਸਰਾ ਫਾਊਂਡੇਸ਼ਨ ਇਹਦੀ ਮਦਦ ਕਰ ਰਹੀ ਹੈ। ਮੇਰੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਜਿੰਨੇ ਜੋਗੇ ਹੋ, ਜਿੰਨੀ ਕਿਸੇ ਦੀ ਮਦਦ ਕਰ ਸਕਦੇ ਹੋ, ਪਲੀਜ਼ ਇਸ ਗਰੀਬ ਦੀ ਵੱਧ ਚੜ ਕੇ ਮਦਦ ਕਰੋ ਤਾਂ ਜੋ ਇਹ ਇੱਕ ਪਰਿਵਾਰ ਵਸਦਾ ਰਹਿ ਜੂਗਾ। ਬੱਚਿਆਂ ਦਾ ਬਾਪ ਜੋ ਉਹਨਾਂ ਦਾ ਇੱਕੋ ਆਸਰਾ ਹੈ, ਇਹਨੂੰ ਨਵੀਂ ਜ਼ਿੰਦਗੀ ਮਿਲੇ। ਉਮੀਦ ਕਰਦੀ ਹਾਂ ਕਿ ਤੁਸੀਂ ਸਾਡੇ ਇਸ ਇਨਸਾਨ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਆਸਰਾ ਫਾਊਂਡੇਸ਼ਨ ਦੀ ਮਦਦ ਕਰੋਗੇ। ਧੰਨਵਾਦ।